ਸਾਨੂੰ ਤਾੜੀ ਮਾਰ ਕੇ ਮੈਨੀ ਓਏ ਅਸੀਂ ਸਭ ਜਾਣਦੇ ਆ ਬਾਬਾ ਜੀ ਲਾਸਟ ਗਾਣਾ ਫਕੀਰਾਂ ਦਾ ਸ਼ੁਰੂ ਕੀਤਾ ਸੀ ਫਕੀਰਾਂ ਦੇ ਘਰ ਇੱਧਰ ਬਾਹਰ ਨਹੀਂ ਲੱਗਣਾ ਪਰ ਇੱਧਰ ਖਤਮ ਹੋ ਜਾਣਾ ਸਾਰਾ ਮਾਂ ਤੇ ਭਾਜੀ ਮੈਂ ਅੱਗੇ ਨਾ ਗਾਉਣਾ ਵਾ ਮੈਂ ਉੱਥੇ ਗਾਉਣਾ ਵਾ ਪੱਕੀ ਕਹਿੰਦੇ ਅੱਛਾ ਮੈਂ ਦੋ ਲੈਣਾ ਸੁਣਾ ਦੇਣਾ ਇੱਕ ਨਵਾਂ ਗਾਣਾ ਤੈਨੂੰ ਮਾਂ ਦਾ ਸੁਣਾ ਦਿੰਦਾ ਕਿਹੜੇ ਕਿਹੜੇ ਲੋਕ ਮਾਂ ਨੂੰ ਪਿਆਰ ਕਰਦੇ ਨੇ ਇੱਕ ਵਾਰੀ ਹੱਥ ਉੱਪਰ ਕਰਕੇ ਤਾੜੀ ਮਾਰ ਕੇ ਦੱਸਿਓ ਆਪਣੀ ਮਾਂ ਨੂੰ ਮੈਂ ਆਪਣੀ ਮਾਂ ਲਈ ਗਾਣਾ ਲਿਖਵਾਇਆ ਸੀ ਨਵਾਂ ਪਹਿਲਾਂ ਗਾਣੇ ਨੂੰ ਬੜਾ ਪਿਆਰ ਦਿੱਤਾ ਸੀ ਹਰ ਜਨਮ ਦੇ ਨਹੀਂ ਦੇ ਸਕਦੇ ਤੇਰੇ ਅਹਿਸਾਨਾਂ ਦਾ ਮਾਂ ਜਦੋਂ ਲੱਗੇ ਕਰਨ ਕਮਾਈਆਂ ਮਾਪੇ ਤੁਰ ਗਏ ਉਹ ਹੁਣ ਤੇ ਲੋਕ ਗੀਤ ਬਣੇ ਪਏ ਨੇ ਲੋਕਾਂ ਦਾ ਕਿਧਰ ਗਾ ਤਾਂ ਪਰ ਹੁਣ ਇੱਕ ਨਵਾਂ ਗਾਣਾ ਖੰਜਰ 2 ਦੇ ਵਿੱਚ ਆ ਰਿਹਾ ਉਹ ਤੁਹਾਨੂੰ ਦੋ ਲੈਣਾ ਸੁਣਾਉਣਾ ਮੈਂ ਪਰਸਨਲੀ ਆਪਣੀ ਮਾਂ ਲਈ ਲਿਖਵਾਇਆ ਸੀ ਕਿਉਂਕਿ ਜਿਹਨਾਂ ਲੋਕਾਂ ਕੋਲ ਮਾਂ ਹੁੰਦੀ ਹੈ ਉਹਨਾਂ ਦੁਨੀਆਂ ਦੇ ਸਭ ਤੋਂ ਅਮੀਰ ਆਦਮੀ ਹੁੰਦੇ ਔਰ ਜਿਹਨਾਂ ਲੋਕਾਂ ਕੋਲ ਮਾਂ ਨਹੀਂ ਜਿੰਨੇ ਮਰਜ਼ੀ ਮਹਿਲ ਮਨਾਰੇ ਵਾਲੇ ਬਣ ਜਾਓ ਮਾਂ ਤੋਂ ਬਿਨਾਂ ਤੁਸੀਂ ਸਭ ਗਰੀਬ ਹੋ ਕਹਿੰਦੇ ਮੂੰਹ ਦੇ ਵਿੱਚੋਂ ਮਾਂ ਕਹਿੰਦੇ ਮੂੰਹ ਭਰਿਆ ਹੁੰਦਾ ਹੈ ਪਰ ਸੋਚ ਕੇ ਦੇਖੋ ਜਿਹੜੇ ਸਾਡੇ ਵਰਗੇ ਵੱਧ ਨਸੀਬ ਹੁੰਦੇ ਉਹਨਾਂ ਦੇ ਮੁੱਖ ਤੋਂ ਇਸ ਕਰਕੇ ਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਇੱਕ ਤਾੜੀ ਆਪਣੇ ਆਪਣੀ ਮਾਂ ਲਈ ਮਾਰ ਦਿਓ ਸਾਰੇ ਮਿਹਰਬਾਨੀ ਕਾਲੀ ਕਾਲੀ ਗਾਣੇ ਗਾਉਣ ਦਾ ਮਤਲਬ ਇਹ ਸੀ ਕਿ ਮੈਂ ਅੱਗੇ ਪ੍ਰੋਗਰਾਮ 'ਤੇ ਜਾਣਾ ਥੋੜ੍ਹਾ ਜਿਹਾ ਲੇਟ ਹੋ ਗਿਆ ਮੈਂ ਕਾਲੇ ਸੰਗਿਆ ਪਹੁੰਚਣਾ ਉੱਥੇ 1:30 ਵਜੇ ਗਾਉਣਾ ਮੈਂ ਤਾਂ ਕਰਕੇ ਥੋੜ੍ਹੀ ਜਿਹੀ ਮਾਫ਼ੀ ਲਗਾਤਾਰ ਗਾਈ ਜਾਣਾ ਤੈਨੂੰ ਸਕੂਨ ਨਾਲ ਗਾ ਕੇ ਆਪਾਂ ਸਾਰੇ ਜਣੇ ਪਿਆਰ ਸਤਿਕਾਰ ਕਰਦੇ ਥੈਂਕ ਯੂ ਸੋ ਮੱਚ ਸਾਰੇ ਭਰਾਵਾਂ ਦਾ ਕਮੇਟੀ ਮੈਂਬਰਾਂ ਦਾ ਜਿਨ੍ਹਾਂ ਨੇ ਮੈਨੂੰ ਮਾਣ ਦਿੱਤਾ ਸਤਿਕਾਰ ਦਿੱਤਾ ਔਰ ਮੇਰੀ ਰਿਕੁਐਸਟ ਮੰਨੀ ਸੀ ਬਿਲਕੁਲ ਬਿਲਕੁਲ ਸ਼ਹਿਜ਼ਾਦਾ ਵੀਰ ਮੇਰਾ ਭਰਾ ਕਿੱਥੇ ਗਿਆ ਉਹ ਵੈਸੇ ਵੀ ਸ਼ਹਿਜ਼ਾਦਾ ਹੀ ਸੋਹਣਾ ਸੁਨੱਖਾ ਮੁੰਡਾ ਵਾ ਸਾਡੇ ਵਰਗੇ ਰੱਬ ਨੇ ਕਰੀਮਾਂ ਹੀ ਮੁਕਾਤੀ ਜਦੋਂ ਬਾਬਾ ਜੀ ਅਸੀਂ ਬਾਹਰ ਨੂੰ ਕਦੇ ਕੈਨੇਡਾ ਅਮਰੀਕਾ ਨੂੰ ਜਾਏ ਅੱਛਾ ਭਾਜੀ ਵਾਸਤੇ ਗੁਰਤਾੜੀ ਬਣਦੀ ਕਿਉਂਕਿ ਜਿੰਨਾ ਜਿੰਨਾ ਭਾਜੀ ਦਿਲੋਂ ਉਦਾਂ ਗਾਉਣਾ ਜਿੰਨਾ ਇਹਨਾਂ ਦਾ ਹੈਗਾ ਨਾ ਦਿਲੋਂ ਵੀ ਉਹਨਾਂ ਅਮੀਰ ਹੋ ਸ਼ਹਿਜ਼ਾਦਾ ਕਹਿਣ ਨਾਲ ਨਹੀਂ ਭਾਜੀ
ਪਰ ਸਾਰੇ ਸ਼ਹਿਜ਼ਾਦੇ ਹੀ ਆਪਣੀ ਆਪਣੀਆਂ ਮਾਵਾਂ ਦੇ ਇੱਕ ਵਾਰ ਮਾਵਾਂ ਦੇ ਨਾਂ ਤੇ ਤਾੜੀ ਮਾਰੋ ਲਵ ਜੋ ਭਾਜੀ ਥੈਂਕ ਯੂ ਬਾਬਾ ਜੀ ਥੈਂਕ ਯੂ ਮੈਂ ਪਿੱਛੇ ਜਿਹੇ ਲੈਣ ਗਿਆ ਜੀ ਮੈਨੂੰ ਕੋਈ ਪੁੱਛਿਆ ਕਿਸੇ ਨੇ ਕਿਸੇ ਦੋਸਤ ਸੀ ਮੇਰਾ ਕਹਿੰਦਾ ਦੱਸ ਕੀ ਲੈਣੀ ਮਹਾਂ ਯਾਰ ਕਰੀਮ ਲਿਆ ਦੇ ਗੋਰੇ ਹੋਣ ਵਾਲੇ ਮਾੜੇ ਮੋਟੇ ਗੋਰੇ ਕਿਹੜਾ ਕਿਹੜਾ ਮੈਂ ਜਨੂੰਨਾ ਵੈਸੇ ਗੋਰੇ ਹੋਣ ਦਾ ਇੱਕ ਵਾਰੀ ਤਾੜੀ ਮਾਰ ਦਿਓ ਆਪਣੇ ਲਈ ਥੋੜ੍ਹਾ ਜਿਹਾ ਤੋੜ ਕਰੀ ਜਾਂਦੇ ਹਾਂ ਰੰਗ ਜਿਹਾ ਜਿਹਾ ਵੀ ਹੋਵੇ ਮਾਂ ਨੂੰ ਪਿਆਰਾ ਹੋਣਾ ਚਾਹੀਦਾ ਬਸ ਕਿਸੇ ਤੋਂ ਕਿਹਾ ਨਾ ਤਾਂ ਸਾਨੂੰ ਲਾਡ ਲੜਾਏ ਔਰ ਬਿਲਕੁਲ ਨਵਾਂ ਗਾਣਾ ਜੇ ਤੁਹਾਨੂੰ ਚੰਗਾ ਲੱਗਿਆ ਤਾੜੀ ਮਾਰਦੇ ਪਟੇਬ ਦੇ ਵਿੱਚ ਰੱਖ ਲਾਂਗੇ ਜੇ ਨਾ ਚੰਗਾ ਲੱਗਿਆ ਬੇਸ਼ੱਕ ਨਾ ਤਾੜੀ ਮਾਰੇ ਪਰ ਇੱਕ ਵਾਰ ਸੁਣ ਜ਼ਰੂਰ ਲਓ ਨਾਮ ਤੇ ਸਾਨੂੰ ਪਰਿਵਾਰ ਦੇ ਰੱਖੋ ਨਾ ਲਾਡ ਲੜਾਏ ਉਹ ਬੜੀ ਦੂਰ ਜਾ ਨਾ ਡੇਰੇ ਤੇਰੇ ਬਿਨਾ ਦਿਸਦਾ ਨਾ ਸਹਾਰਾ ਨੀ ਅਮੀਏ ਉਹ ਮੇਰੀ ਖਾਤਰ ਲੈ ਲੈ ਜਨਮ ਦੁਆਰਾ ਨੀ ਅਮੀਏ ਮੇਰੋ ਤੂੰ ਆ ਜਾ ਨੀ ਅਮੀਏ ਮੈਨੂੰ ਗੱਲ ਲਾ ਜਾ ਨੀ ਅਮੀਏ ਮੇਰੋ ਮਿਹਰਬਾਨੀ ਸੋ ਲਾਸਟ ਫਕੀਰਾਂ ਦੀ ਯੁੱਗ ਨਹੀਂ ਉਸ ਤੋਂ ਬਾਅਦ ਮੈਂ ਜਾਲ ਚਲਾਉਂਗਾ ਬੰਦਾ ਦੀ ਤੁਸੀਂ ਤੇ ਪਿਆਰ ਵਾਲੇ ਉਧਰ ਲਈ ਏਰੀਆ ਪਿਆਰ ਵਾਲੇ ਅੰਗੂਠੇ ਵਾਲੇ ਪਾਟਰਾ 200 ਰੁਪਏ ਦੇਣਾ ਔਰ ਤਾੜੀ ਮਾਰ ਦਿਓ ਆਪਣੇ ਲਈ ਜਿਹੜੇ ਬੈਠੇ ਹੋਏ ਨੇ ਪਿਆਰ ਵਾਲੇ ਲੋਕ ਸਤਿਕਾਰ ਵਾਲੇ ਲੋਕ ਮਿਹਰਬਾਨੀ ਤੁਹਾਡੀ ਸਭ ਸੋ ਲਾਸਟ ਯੁੱਗ ਨਹੀਂ ਔਰ ਬਾਬਾ ਜੀ ਤੁਸੀਂ ਮੇਰੇ ਨਾਲ ਸਟੇਜ ਤੇ ਆ ਜਾਣਾ ਚਾਹੁੰਦੇ ਮੈਂ ਚਾਹੁੰਦਾ ਤੁਹਾਡੇ ਦਰਸ਼ਨ ਸਾਰੇ ਕਰਨੇ ਤੇ ਨਾਲ ਆ ਕੇ ਬਾਕੀ ਨੂੰ ਤਾਂ ਖੜੇ ਕਰਕੇ ਆਪਾਂ ਨਚਾਉਣਾ ਜਿਹੜੇ ਬੈਠੇ ਹੋਏ ਤੁਹਾਨੂੰ ਖੜੇ ਨਹੀਂ ਕਰ ਸਕਦੇ ਆਓ ਜੀ ਫਿਰ ਖੜੇ ਹੋ ਕੇ ਮਾੜਾ ਜੀ ਆਪਣੀ ਆਪਣੀ ਜਗ੍ਹਾ ਤੇ ਜੇ ਪੀਰ ਬਾਬਾ ਬੇਰੀ ਸ਼ਾਹ ਜੀ ਨੂੰ ਪਿਆਰ ਕਰਦੇ ਹੋਣਾ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਕੇ ਸਾਰੇ ਜਾਣੇ ਪਏ ਅੱਲਾਹੂ ਲਗਾ ਲਈਏ ਫਿਰ ਆਪਾਂ ਤੁਹਾਨੂੰ ਨੱਚ ਪਤਲੀ ਅਤੇ ਜਿਹੜੇ ਭਰਾ ਜਿਹੜੇ ਭੈਣ ਨਾ ਨੱਚੇ ਨਾ ਉਹਨੂੰ ਸੌਂ ਲੱਗੇ ਬਾਬਾ ਜੀ ਮੈਨੂੰ ਚਾਹੀਦਾ ਤੁਹਾਨੂੰ ਗਾਲਾਂ ਪੈਣੀ ਜਾਂ ਮੇਰੇ ਕੋਈ ਫਰਕ ਪੈਣਾ ਮੈਂ ਆਪਣੇ ਪੀਰ ਲਈ ਨਚਾਉਣ ਲੱਗਿਆ ਆਪਣੇ ਲਈ ਨਹੀਂ ਇਹ ਸਾਰਾ ਕਮੇਟੀ ਮੈਂਬਰ ਨਹੀਂ ਇਧਰ ਨੂੰ ਆ ਕੇ ਬਣਾ ਦੇ ਮੇਰੇ ਮੁਰਸ਼ਦ ਮਨ ਵਿੱਚ ਨਾ